हरसो हीरा छाड़ के करहे अन की आस, ते नर दोजिक जाहिंगे सत पाखे रविदास। बाबा पिपल दास गुर सरवण दास, हरी दास गुर जोए, सो हमरी रखिया कर है बिगन न लागे कोए। तन तन सतगुर गरीब दास, बंधो नित सुबह शाम, चरण कमल को दंडवत कोट कोट प्रणाम। आदरणी बंदनी गुरु प्यारी साध संगत जीओ, आप सब संगतां बहुत ही बड़भागी हो कि आप सब संगतां ब्रह्म ज्ञानी ब्रह्मलीन गरीबां दे मसीहा परमात्मा स्वरूप सतगुरु स्वामी सरवण दास महाराज जी दे पावन पवित्र दरबार ते बैठ के डेरे दे मौजूदा गद्दी नशीन दया दे सागर निम्रता दे पुजारी शांति दे पुंज गड़गड़ दी जानन वाले परमेश्वर स्वरूप सतगुरु स्वामी निरंजन दास महाराज जी दे दर्शन दीदारे करके अपना जीवन सफल कर रहे। इस संसार दे विच जिन्ने भी महापुरश आए ने, उन्होंने संसारी जीवां नूं प्रभु परमेश्वर परमात्मा दे नाम जपण दा उपदेश बख्शिश कीता है, क्योंकि साधु महात्मा इस संसार दे विच इन्हां रूहां दा उदाहरण करन वास्ते आउंदे ने, जिहड़ियां रूहां परमेश्वर ओ परमात्मा तो बिछड़ियां होईयां ने। ਉਹ ਆਪ ਨਾਮ ਜਪਦੇ ਨੇ ਤੇ ਸੰਸਾਰੀ ਜੀਵਾਂ ਨੂੰ ਪ੍ਰਭੂ ਪਰਮੇਸ਼ਰ ਪਰਮਾਤਮਾ ਦੇ ਨਾਮ ਨਾਲ ਜੋੜਦੇ ਨੇ। ਜਿਵੇਂ ਸਾਹਿਬ ਸਤਿਗੁਰ ਰਵਿਦਾਸ ਮਹਾਰਾਜ ਜੀ ਸੰਸਾਰ ਦੇ ਵਿੱਚ ਆਏ, ਉਹਨਾਂ ਨੇ ਵੀ ਆ ਕੇ ਸੰਸਾਰ ਦੇ ਵਿੱਚ ਪਰਮੇਸ਼ਰ ਪਰਮਾਤਮਾ ਪ੍ਰਭੂ ਦੀ ਬੰਦਗੀ ਕੀਤੀ ਤੇ ਸੰਸਾਰੀ ਜੀਵਾਂ ਨੂੰ ਪ੍ਰਭੂ ਪਰਮੇਸ਼ਰ ਪਰਮਾਤਮਾ ਦੇ ਨਾਮ ਦੇ ਨਾਲ ਜੋੜਿਆ। ਜਿੰਨੇ ਵੀ ਮਹਾਂਪੁਰਸ਼ ਆਏ ਨੇ, ਉਹਨਾਂ ਨੇ ਆਪ ਨਾਮ ਜਪਿਆ ਤੇ ਸੰਸਾਰੀ ਜੀਵਾਂ ਨੂੰ ਪ੍ਰਭੂ ਪਰਮੇਸ਼ਰ ਪਰਮਾਤਮਾ ਦੇ ਨਾਮ ਨਾਲ ਜੋੜਿਆ, ਕਿਉਂਕਿ ਨਾਮ ਦੇ ਜ਼ਰੀਆ ਹੀ ਇਹ ਜੀਵ ਉਹ ਪਰਮੇਸ਼ਰ ਉਹ ਪਰਮਾਤਮਾ ਨੂੰ ਮਿਲ ਸਕਦਾ ਹੈ ਜਿਸ ਤੋਂ ਵਿਛੜਿਆ ਹੋਇਆ ਹੈ। ਪਰ ਇਹ ਜੀਵ ਹੈ ਆਪਣੇ ਕਰਮਾਂ ਕਰਕੇ ਉਹ ਪਰਮੇਸ਼ਰ ਉਹ ਪਰਮਾਤਮਾ ਤੋਂ ਵਿਛੜਿਆ ਹੋਇਆ ਹੈ। ਜਿਹੋ ਜਿਹੇ ਕਰਮ ਕਰਦਾ ਹੈ ਉਹੋ ਜਿਹਾ ਇਸ ਜੀਵ ਨੂੰ ਜੀਵਨ ਮਿਲਦਾ ਹੈ, ਤੇ ਜੀਵ ਆਤਮਾ ਜਨਮਾਂ ਜਨਮਾਂ ਤੋਂ ਵਿਛੜੀ ਹੋਈ ਹੈ ਪਰਮੇਸ਼ਰ ਉਹ ਪਰਮਾਤਮਾ ਤੋਂ। ਜੇਕਰ ਇਸ ਜੀਵ ਆਤਮਾ ਨੂੰ ਇਸ ਮਨੁੱਖੇ ਜੀਵਨ ਦੇ ਵਿੱਚ ਕੋਈ ਪੂਰਨ ਮਹਾਤਮਾ ਪੂਰਨ ਸਾਧੂ ਮਿਲ ਜਾਵੇ ਤੇ ਉਸ ਜੀਵ ਆਤਮਾ ਦਾ ਫਿਰ ਮਿਲਾਪ ਉਹ ਪਰਮੇਸ਼ਰ ਉਹ ਪਰਮਾਤਮਾ ਦੇ ਨਾਲ ਕਰਵਾ ਦਿੰਦਾ ਹੈ, ਕਿਉਂਕਿ ਸਾਧੂ ਮਹਾਤਮਾ ਦੇ ਪਾਸ ਉਹ ਯੁਕਤੀ ਹੈ, ਭਾਵ ਉਹ ਪਰਮੇਸ਼ਰ ਉਹ ਪਰਮਾਤਮਾ ਦਾ ਨਾਮ ਹੈ ਜੋ ਸਾਨੂੰ ਬਖਸ਼ਿਸ਼ ਕਰਦੇ ਨੇ ਕਿ ਭਾਈ ਇਹ ਪਰਮੇਸ਼ਰ ਪਰਮਾਤਮਾ ਦਾ ਨਾਮ ਜਪ ਕੇ ਤੂੰ ਉਸ ਪਰਮੇਸ਼ਰ ਪਰਮਾਤਮਾ ਨੂੰ ਮਿਲ ਸਕਦਾ ਹੈ, ਸੰਸਾਰ ਦੇ ਭਵ ਸਾਗਰ ਨੂੰ ਪਾਰ ਕਰ ਸਕਦਾ ਹੈ, ਕਿਉਂਕਿ ਗੁਰੂ ਤੋਂ ਬਿਨਾਂ ਉਹ ਪਰਮੇਸ਼ਰ ਉਹ ਪਰਮਾਤਮਾ ਨੂੰ ਨਹੀਂ ਮਿਲਿਆ ਜਾ ਸਕਦਾ। ਗੁਰੂ ਹੀ ਸਾਨੂੰ ਉਹ ਪਰਮੇਸ਼ਰ ਉਹ ਪਰਮਾਤਮਾ ਦਾ ਮਿਲਾਪ ਕਰਵਾ ਸਕਦਾ ਹੈ, ਕਿਉਂਕਿ ਗੁਰੂ ਨੇ ਹੀ ਸਾਡੀ ਸਹਾਇਤਾ ਕਰਨੀ ਹੈ ਪਰਮੇਸ਼ਰ ਉਹ ਪਰਮਾਤਮਾ ਨੂੰ ਮਿਲਣ ਵਾਸਤੇ। ਗੁਰੂ ਖੁਦ ਹੀ ਪਰਮੇਸ਼ਰ ਖੁਦ ਹੀ ਪਰਮਾਤਮਾ ਹੁੰਦੇ ਨੇ, ਪਰ ਉਹ ਫਿਰ ਵੀ ਸਾਨੂੰ ਸਮਝਾਉਂਦੇ ਨੇ ਕਿ ਭਾਈ ਉਹ ਪਰਮੇਸ਼ਰ ਉਹ ਪਰਮਾਤਮਾ ਨੂੰ ਮਿਲਣਾ ਹੈ ਜੋ ਕਣ ਕਣ ਦੇ ਵਿੱਚ ਰਮਿਆ ਹੋਇਆ ਹੈ, ਕਿਉਂਕਿ ਜਿਹੜੇ ਸਾਧੂ ਮਹਾਤਮਾ ਨੇ ਉਹ ਵੀ ਪਰਮੇਸ਼ਰ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਹੀ ਇਸ ਸੰਸਾਰ ਦੇ ਵਿੱਚ ਆਉਂਦੇ ਨੇ। ਪਰਮੇਸ਼ਰ ਪਰਮਾਤਮਾ ਦੀ ਦਰਗਾਹ ਦੇ ਵਿੱਚੋਂ ਆਉਂਦੇ ਨੇ ਸੰਸਾਰੀ ਜੀਵਾਂ ਨੂੰ ਉਤਾਰਨ ਵਾਸਤੇ। ਰਵਿਦਾਸ ਬਣੇ ਜੋ ਜਾਣੇ ਸੋ ਜਾਣ, ਸੰਤ ਅਨੰਤੇ ਅੰਤਰ ਨਾਹੀ। ਸੰਤਾਂ ਤੇ ਪਰਮੇਸ਼ਰ ਪਰਮਾਤਮਾ ਦੇ ਵਿੱਚ ਕੋਈ ਅੰਤਰ ਨਹੀਂ, ਸਾਧੂ ਹੀ ਪਰਮੇਸ਼ਰ ਨੇ। ਪਰ ਫਿਰ ਵੀ ਸਾਧੂ ਮਹਾਤਮਾ ਇਸ ਸੰਸਾਰ ਦੇ ਵਿੱਚ ਆ ਕੇ ਭੇਦ ਨਹੀਂ ਦਿੰਦੇ ਕਿ ਭਾਈ ਅਸੀਂ ਪਰਮੇਸ਼ਰ ਪਰਮਾਤਮਾ ਦਾ ਰੂਪ। ਜਿਵੇਂ ਸਤਿਗੁਰ ਸਵਾਮੀ ਸਰਵਣ ਦਾਸ ਮਹਾਰਾਜ ਜੀ ਜੋ ਪੂਰਨ ਬ੍ਰਹਮ ਗਿਆਨੀ ਮਹਾਤਮਾ ਸਨ, ਜੋ ਸ੍ਰਿਸ਼ਟੀ ਦੇ ਮਾਲਕ ਸਨ, ਉਹਨਾਂ ਨੇ ਫਿਰ ਵੀ ਇਸ ਸੰਸਾਰ ਦੇ ਵਿੱਚ ਆ ਕੇ ਵੀ ਆਪਣਾ ਭੇਦ ਨਹੀਂ ਦਿੱਤਾ, ਕਿਉਂਕਿ ਜਿਹੜੇ ਉਹ ਪਰਮੇਸ਼ਰ ਉਹ ਪਰਮਾਤਮਾ ਦੇ ਪਿਆਰੇ ਹੁੰਦੇ ਨੇ ਉਹ ਕਦੇ ਭੇਦ ਨਹੀਂ ਦਿੰਦੇ ਆਪਣਾ। ਇਹ ਸੰਸਾਰ ਨੂੰ ਉਤਾਰਨ ਵਾਸਤੇ ਆਉਂਦੇ ਨੇ
ਤੇ ਉਹ ਸੰਸਾਰੀ ਜੀਵਾਂ ਦਾ ਉਧਾਰ ਕਰਕੇ ਸੰਸਾਰ ਤੋਂ ਚਲੇ ਜਾਂਦੇ ਨੇ, ਪਰਦਾ ਕਰ ਜਾਂਦੇ ਨੇ, ਪਰ ਸਾਧੂ ਮਹਾਤਮਾ ਹਮੇਸ਼ਾ ਹੀ ਅਮਰ ਰਹਿੰਦੇ ਨੇ। ਤੇ ਸਾਧੂ ਮਹਾਤਮਾ ਸਾਨੂੰ ਇਹ ਸਮਝਾਉਂਦੇ ਨੇ ਕਿ ਭਾਈ ਇਹ ਜਿਹੜੀ ਸੰਸਾਰ ਦੀ ਤਨ ਦੌਲਤ ਹੈ, ਮਾਇਆ ਹੈ, ਇਹ ਸੰਸਾਰ ਤੱਕ ਹੀ ਸੀਮਤ ਹੈ, ਨਾਲ ਜਾਣਾ ਹੈ ਤੇ ਉਹ ਪਰਮੇਸ਼ੁਰ ਉਹ ਪਰਮਾਤਮਾ ਦਾ ਨਾਮ। ਇਹ ਸੰਸਾਰ ਦੀ ਜਿਹੜੀ ਤਨ ਦੌਲਤ ਹੈ ਉਹ ਸੰਸਾਰ ਤੱਕ ਹੀ ਸੀਮਤ ਹੈ। ਜਿਵੇਂ ਇੱਕ ਉਦਾਹਰਣ ਹੈ, ਸੁਲਤਾਨ ਮਹਿਮੂਦ ਬਾਦਸ਼ਾਹ ਹੋਇਆ, ਜਿਸਨੇ 12 ਵਾਰੀ ਹਿੰਦੁਸਤਾਨ 'ਤੇ ਹਮਲੇ ਕੀਤੇ ਅਤੇ ਜਿੰਨੀ ਵੀ ਤਨ ਦੌਲਤ ਉਸਨੇ ਲੁੱਟ ਕੇ ਇਕੱਠੀ ਕੀਤੀ। ਪਤਾ ਨਹੀਂ ਕਿੰਨੀ ਤਨ ਦੌਲਤ ਇਕੱਠੀ ਕੀਤੀ ਅਤੇ ਪਰ ਜਦੋਂ ਉਸਦਾ ਅੰਤ ਸਮਾਂ ਆਇਆ ਤਾਂ ਉਸਨੇ ਆਪਣੇ ਪੈਰੋਕਾਰਾਂ ਨੂੰ ਕਿਹਾ ਕਿ ਜਿੰਨੀ ਵੀ ਮਾਇਆ ਹੈ ਉਸ ਨੂੰ ਸਜਾ ਦਿਓ। ਪਤਾ ਨਹੀਂ ਕਿੰਨੀ ਮੀਲਾਂ ਤੱਕ ਉਹ ਮਾਇਆ ਸਜਾਈ ਗਈ ਤੇ ਉਹ ਰਾਜਾ ਪਾਲਕੀ ਦੇ ਵਿੱਚ ਬੈਠ ਕੇ ਆਇਆ ਤੇ ਉਸ ਮਾਇਆ ਨੂੰ ਦੇਖ ਕੇ ਰੋਣ ਲੱਗ ਪਿਆ। ਕਹਿਣ ਲੱਗਾ ਕਿ ਮੈਂ ਇਸ ਤਨ ਦੌਲਤ ਵਾਸਤੇ ਪਤਾ ਨਹੀਂ ਕਿੰਨੇ ਬੱਚਿਆਂ ਨੂੰ ਯਤੀਮ ਕੀਤਾ ਹੈ, ਕਿੰਨੀਆਂ ਭੈਣਾਂ ਨੂੰ ਮੈਂ ਵਿਧਵਾ ਕੀਤਾ ਹੈ, ਇਸ ਦੌਲਤ ਦੀ ਖਾਤਰ ਪਤਾ ਨਹੀਂ ਮੈਂ ਕਿੰਨੇ ਘਰ ਬਰਬਾਦ ਕੀਤੇ ਨੇ। ਪਰ ਅਫਸੋਸ ਕਿ ਇਸ ਮਾਇਆ ਦੀ ਖਾਤਰ ਮੈਂ ਦਿਨ ਰਾਤ ਪਾਪ ਕੀਤੇ ਨੇ, ਪਰ ਇਹ ਅੱਜ ਮਾਇਆ ਮੇਰੇ ਨਾਲ ਨਹੀਂ ਜਾ ਰਹੀ। ਤਨ ਦੌਲਤ 'ਤੇ ਕੀ ਜਾਣਾ ਹੈ ਅਤੇ ਸਰੀਰ ਵੀ ਨਾਲ ਨਹੀਂ ਜਾਂਦਾ ਜੀਵ ਦਾ, ਸਰੀਰ ਵੀ ਸਾਨੂੰ ਇੱਥੋਂ ਮਿਲਿਆ ਹੈ ਅਤੇ ਇੱਥੇ ਹੀ ਛੱਡ ਜਾਣਾ ਹੈ, ਜੇਕਰ ਜਾਣਾ ਹੈ ਤਾਂ ਉਹ ਪਰਮੇਸ਼ੁਰ ਉਹ ਪਰਮਾਤਮਾ ਦਾ ਨਾਮ। ਅਤੇ ਰਾਜਾ ਰੋ ਰਿਹਾ ਹੈ, ਤਨ ਦੌਲਤ ਬਹੁਤ ਇਕੱਠੀ ਕੀਤੀ ਪਰ ਉਹ ਪਰਮੇਸ਼ੁਰ ਉਹ ਪਰਮਾਤਮਾ ਦਾ ਨਾਮ ਨਹੀਂ ਜਪਿਆ, ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਜ਼ੁਲਮ ਹੀ ਕਰਦਾ ਰਿਹਾ ਇਸ ਸੰਸਾਰ 'ਤੇ। ਪਰ ਅੰਤ ਵੇਲੇ ਇਹ ਜੋ ਤਨ ਦੌਲਤ ਹੈ ਨਾਲ ਨਹੀਂ ਜਾਂਦੀ, ਇਸ ਕਰਕੇ ਭਾਈ ਜੇਕਰ ਜਾਣਾ ਹੈ ਤਾਂ ਉਹ ਪਰਮੇਸ਼ੁਰ ਉਹ ਪਰਮਾਤਮਾ ਦਾ ਨਾਮ, ਅਕਾਲ ਪੁਰਖ ਪ੍ਰਭੂ ਦਾ ਨਾਮ, ਜਿੰਨਾ ਵੀ ਸਮਾਂ ਮਿਲਦਾ ਸੀ ਉਹ ਪਰਮੇਸ਼ੁਰ ਉਹ ਪਰਮਾਤਮਾ ਦੀ ਬੰਦਗੀ ਕਰਨੀ ਹੈ, ਸਿਮਰਨ ਕਰਨਾ ਹੈ, ਕਿਉਂਕਿ ਮਨੁੱਖਾ ਜੀਵਨ ਮਿਲਿਆ ਹੈ ਵਾਰ ਵਾਰ ਨਹੀਂ ਮਿਲਦਾ, ਜੇਕਰ ਮਿਲਿਆ ਹੈ ਤਾਂ ਇਸਨੂੰ ਸਫਲ ਕਰਨਾ ਹੈ ਪਰਮੇਸ਼ੁਰ ਪਰਮਾਤਮਾ ਦੀ ਬੰਦਗੀ ਕਰਕੇ, ਸਿਮਰਨ ਕਰਕੇ, ਕਿਉਂਕਿ ਇਸ ਮਨੁੱਖੇ ਜੀਵਨ ਦੇ ਵਿੱਚ ਹੀ ਉਹ ਪਰਮੇਸ਼ੁਰ ਉਹ ਪਰਮਾਤਮਾ ਨੇ ਸਾਨੂੰ ਇਹੋ ਜਿਹੀ ਬਖਸ਼ਿਸ਼ ਕੀਤੀ ਹੈ ਕਿ ਅਸੀਂ ਪਰਮੇਸ਼ੁਰ ਪਰਮਾਤਮਾ ਦੀ ਬੰਦਗੀ ਕਰਕੇ, ਸਿਮਰਨ ਕਰਕੇ ਉਹ ਪਰਮੇਸ਼ੁਰ ਉਹ ਪਰਮਾਤਮਾ ਨੂੰ ਮਿਲ ਸਕਦੇ ਹਾਂ। ਜੇਕਰ ਦੇਖੀਏ ਤਾਂ ਦੇਵੀ ਦੇਵਤੇ ਵੀ ਇਸ ਮਨੁੱਖੇ ਜੀਵਨ ਨੂੰ ਤਰਸਦੇ ਨੇ ਕਿ ਸਾਨੂੰ ਮਨੁੱਖਾ ਜੀਵਨ ਪ੍ਰਾਪਤ ਹੋਵੇ ਅਤੇ ਅਸੀਂ ਵੀ ਉਹ ਪਰਮੇਸ਼ੁਰ ਉਹ ਪਰਮਾਤਮਾ ਦੀ ਬੰਦਗੀ ਕਰਕੇ ਪਰਮੇਸ਼ੁਰ ਪਰਮਾਤਮਾ ਦੀ ਪ੍ਰਾਪਤੀ ਕਰੀਏ। ਦੇਵੀ ਦੇਵਤੇ ਵੀ ਤਰਸਦੇ ਨੇ ਪਰ ਸਾਨੂੰ ਇਹ ਮਨੁੱਖਾ ਜੀਵਨ ਮਿਲਿਆ ਹੈ ਉਹ ਪਰਮੇਸ਼ੁਰ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਅਤੇ ਅਸੀਂ ਇਸ ਨੂੰ ਵਿਅਰਥ ਨਹੀਂ ਗਵਾਉਣਾ, ਪਰਮੇਸ਼ੁਰ ਪਰਮਾਤਮਾ ਦੀ ਬੰਦਗੀ ਦੇ ਵਿੱਚ ਲਾਉਣਾ ਹੈ, ਪਰਮੇਸ਼ੁਰ ਪਰਮਾਤਮਾ ਦੇ ਲੇਖੇ ਦੇ ਵਿੱਚ ਲਾਉਣਾ ਹੈ, ਕਿਉਂਕਿ ਵਾਰ ਵਾਰ ਨਹੀਂ ਮਿਲਣਾ। ਮਹਾਂਪੁਰਸ਼ ਬਾਣੀ ਵੀ ਸਮਝਾ ਰਹੇ ਨੇ, ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੰਬਾਰ, ਜੋ ਬਨ ਫਲ ਪਾਕੇ ਭੋਏ ਗਿਰੇ ਬਹੁਰ ਨਾ ਲਾਗੇ ਡਾਰ। ਕਿ ਜਿਵੇਂ ਇੱਕ ਪੇੜ ਨੂੰ ਫਲ ਲੱਗਦਾ ਹੈ ਅਤੇ ਉਹ ਪੱਕ ਕੇ ਜ਼ਮੀਨ 'ਤੇ ਗਿਰ ਜਾਂਦਾ ਹੈ ਅਤੇ ਉਸ ਫਲ ਨੂੰ ਦੁਬਾਰਾ ਉਸ ਪੇੜ ਦੇ ਨਾਲ ਨਹੀਂ ਲਗਾਇਆ ਜਾ ਸਕਦਾ, ਇਸੇ ਤਰ੍ਹਾਂ ਭਾਈ ਸਾਨੂੰ ਮਨੁੱਖਾ ਜੀਵਨ ਮਿਲਿਆ ਹੈ, ਜੇਕਰ ਅਸੀਂ ਇਸ ਮਨੁੱਖੇ ਜੀਵਨ ਨੂੰ ਪ੍ਰਾਪਤ ਕਰਕੇ ਵੀ ਉਸ ਪਰਮੇਸ਼ੁਰ ਪਰਮਾਤਮਾ ਦੀ ਬੰਦਗੀ ਨਹੀਂ ਕਰ ਸਕੇ, ਸਿਮਰਨ ਨਹੀਂ ਕਰ ਸਕੇ, ਤਾਂ ਫਿਰ ਪਤਾ ਨਹੀਂ ਕਿ ਕਦੋਂ ਸਾਨੂੰ ਇਹ ਮਨੁੱਖਾ ਜੀਵਨ ਮਿਲਣਾ ਹੈ। 84 ਲੱਖ ਜੂਨ ਮਹਾਂਪੁਰਸ਼ਾਂ ਨੇ ਦੱਸੀ ਹੈ ਬਾਣੀ ਦੇ ਵਿੱਚ, ਤੇ 84 ਲੱਖ ਜੂਨ ਨੂੰ ਭੋਗਦੇ ਹੀ ਇਸ ਜੀਵ ਨੂੰ ਇਹ ਮਨੁੱਖਾ ਜੀਵਨ ਮਿਲਦਾ ਹੈ। ਅਸੀਂ ਵੀ 84 ਲੱਖ ਜੂਨ ਨੂੰ ਭੋਗਦੇ ਹੋਏ ਸਾਨੂੰ ਇਹ ਮਨੁੱਖਾ ਜੀਵਨ ਨਸੀਬ ਹੋਇਆ ਹੈ। ਜੇਕਰ ਸਾਨੂੰ ਮਨੁੱਖਾ ਜੀਵਨ ਮਿਲਿਆ ਹੈ ਤਾਂ ਇਸਨੂੰ ਸਫਲ ਕਰਨਾ ਹੈ, ਉਸ ਮਾਲਕ ਦੀ ਬੰਦਗੀ ਕਰਨੀ ਹੈ। ਮਾਲਕ
परमेश्वर किते जीव तो दूर नहीं, और जीव दे अंदर ही परमेश्वर और परमात्मा वसदा है। पर जीव उसकी भाल बाहर करता है। कोई जंगलों के विच लभदा है, कोई पहाड़ों के विच लभदा है, कोई नदियों के विच लभदा है, कोई दरियावां के विच, कोई जंगलों के विच, पर वो परमेश्वर और परमात्मा साढ़े अंदर है। जो ब्रह्मंडे सोई पिंडे जो खोजे सो पावे, वो परमात्मा साढ़े तो दूर नहीं, साढ़े अंदर है। पर उसकी खोज करनी पवेगी। खोज किस तरह कर सकता है जीव? पूर्ण साधु महात्मा दे कोलो परमात्मा दे नाम दी प्राप्ति करके, उसका सिमरन करके अपने अंदर बढ़ सकता है जीव। अंदर उस परमेश्वर परमात्मा नु प्रगट कर सकता है। क्योंकि साधु महात्मा तो एक युक्ति दसते ने, सानू रस्ता दसते ने कि भाई परमेश्वर परमात्मा नु किस तरह मिलना है। गुर की मूर्त मन विखे तरो सो हरदम ध्यान, नाम दान इशनान कर दुबारे पावे मान। जदों असीं साधु महात्मा की शरण दे विच जांदे हां ते जदों साधु महात्मा साडे ते कृपा करदे ने, सानू परमेश्वर ओ परमात्मा दे नाम दी बख्शिश करदे ने, ਉਹ ਫਿਰ ਸਾਨੂੰ ਇੱਕ ਯੁਕਤੀ ਦੱਸਦੇ ਨੇ ਕਿ ਭਾਈ ਪਰਮੇਸ਼ਰ ਪਰਮਾਤਮਾ ਦਾ ਨਾਮ ਕਿਸ ਤਰ੍ਹਾਂ ਜਪਣਾ ਹੈ। ਸਾਧੂ ਮਹਾਤਮਾ ਸਾਨੂੰ ਯੁਕਤੀ ਦੱਸਦੇ ਨੇ ਕਿ ਭਾਈ ਸਭ ਤੋਂ ਪਹਿਲਾਂ ਆਪਣੇ ਗੁਰੂਆਂ ਦੇ ਸਰੂਪ ਨੂੰ ਆਪਣੇ ਮਨ ਦੇ ਵਿੱਚ ਵਸਾਉਣਾ ਹੈ, ਤੇ ਧਿਆਨ ਕਿਸ ਦਾ ਧਰਨਾ ਹੈ? ਗੁਰੂ ਦਾ ਧਿਆਨ ਧਰਨਾ ਹੈ। ਕਿਉਂਕਿ ਅਸੀਂ ਰੱਬ ਨੂੰ ਉਹ ਪਰਮੇਸ਼ਰ ਪਰਮਾਤਮਾ ਨੂੰ ਨਹੀਂ ਦੇਖਿਆ, ਤੇ ਅਸੀਂ ਪਰਮਾਤਮਾ ਦਾ ਧਿਆਨ ਨਹੀਂ ਧਰ ਸਕਦੇ, ਕਿਉਂਕਿ ਗੁਰੂ ਦਾ ਹੀ ਧਿਆਨ ਧਰਨਾ ਹੈ। ਗੁਰੂ ਹੀ ਪਰਮੇਸ਼ਰ ਪਰਮਾਤਮਾ ਹੈ। ਤੇ ਉਹ ਸਾਨੂੰ ਦੱਸਦੇ ਨੇ ਕਿ ਭਾਈ ਇਹਨਾਂ ਦੋਨਾਂ ਅੱਖਾਂ ਦੇ ਵਿਚਾਲੇ ਆਪਣੇ ਗੁਰੂ ਦਾ ਧਿਆਨ ਧਰਨਾ ਹੈ, ਧਿਆਨ ਧਰਨਾ ਹੈ। ਤੇ ਹੌਲੀ ਹੌਲੀ ਜਦੋਂ ਗੁਰੂ ਕਿਰਪਾ ਕਰਦਾ ਹੈ ਤੇ ਜੀਵ ਆਪਣੇ ਅੰਦਰ ਵੜਨਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਮਹਾਂਪੁਰਸ਼ਾਂ ਨੇ ਦੱਸਿਆ ਹੈ ਕਿ ਸਰੀਰ ਦੇ ਜਿਹੜੇ 10 ਦਰਵਾਜ਼ੇ ਨੇ, 9 ਜਿਹੜੇ ਖੁੱਲੇ ਰੱਖੇ ਨੇ, ਪਰ ਜਿਹੜਾ 10ਵਾਂ ਦਵਾਰ ਹੈ ਉਹ ਮਹਾਂਪੁਰਸ਼ਾਂ ਨੇ ਦੱਸਿਆ ਕਿ ਨਾ ਅੱਖਾਂ ਦੇ ਵਿਚਾਲੇ ਹੈ, ਤੇ ਉਸਦੀ ਚਾਬੀ ਸਾਧੂ ਮਹਾਤਮਾ ਦੇ ਕੋਲ ਹੈ। ਕਿਹੜੀ ਚਾਬੀ? ਪਰਮਾਤਮਾ ਦਾ ਨਾਮ। ਤੇ ਫਿਰ ਧਿਆਨ ਨੂੰ ਕਿਸ ਤਰ੍ਹਾਂ ਟਿਕਾਉਣਾ ਹੈ ਇਹ ਵੀ ਮਹਾਂਪੁਰਸ਼ ਦੱਸਦੇ ਨੇ। ਕਿਉਂਕਿ ਜਿਹੜਾ ਧਿਆਨ ਨੂੰ ਟਿਕਾਉਣਾ ਬੜਾ ਹੀ ਮੁਸ਼ਕਿਲ ਹੈ, ਬੜਾ ਔਖਾ ਹੈ। ਕਿਉਂਕਿ ਸੰਸਾਰ ਵੱਲੋਂ ਧਿਆਨ ਨੂੰ ਤੋੜ ਕੇ ਗੁਰੂ ਦੇ ਨਾਲ ਜੋੜਨਾ ਬੜਾ ਔਖਾ ਹੈ। ਪਰ ਸਤਿਗੁਰ ਜੀ ਸਮਝਾ ਰਹੇ ਨੇ ਕਿ ਭਾਈ ਵਾਰ ਵਾਰ ਕੋਸ਼ਿਸ਼ ਕਰਨੀ ਹੈ, ਅੱਜ ਨਹੀਂ ਤੇ ਕੱਲ ਨਹੀਂ, ਤੇ ਹੌਲੀ ਹੌਲੀ ਆਪਣੇ ਆਪ ਇੱਕ ਦਿਨ ਇਹ ਜਿਹੜਾ ਤੇਰਾ ਧਿਆਨ ਹੈ ਟਿਕ ਜਾਵੇਗਾ। ਪਰ ਇਸ ਨੂੰ ਕੋਸ਼ਿਸ਼ ਕਰਨੀ ਹਰ ਰੋਜ਼। ਜੇਕਰ ਅਸੀਂ ਹਰ ਰੋਜ਼ ਕੋਈ ਕਾਰਜ ਵੀ ਕਰੀਏ ਤਾਂ ਹੌਲੀ ਹੌਲੀ ਉਹ ਆਪੇ ਸਫਲ ਹੋ ਜਾਂਦਾ। ਇਸੇ ਤਰ੍ਹਾਂ ਹਰ ਰੋਜ਼ ਅਸੀਂ ਧਿਆਨ ਧਰਨਾ ਹੈ ਆਪਣੇ ਗੁਰੂ ਦਾ। ਜਿਵੇਂ ਇੱਕ ਉਦਾਹਰਨ ਵਜੋਂ ਇੱਕ ਘੜਾ ਹੈ ਜਿਸ ਨੂੰ ਅਸੀਂ ਰੇਤਾ ਦੇ ਉੱਪਰ ਪਾਣੀ ਦਾ ਭਰ ਕੇ ਟਿਕਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹ ਘੜਾ ਰੇਤਾ ਦੇ ਉੱਪਰ ਨਹੀਂ ਟਿਕਦਾ, ਉਹ ਡੋਲਦਾ ਰਹਿੰਦਾ ਹੈ। ਜਦੋਂ ਅਸੀਂ ਦੂਸਰੇ ਦਿਨ ਫਿਰ ਉਸਨੂੰ ਭਰ ਕੇ ਰੱਖਦੇ ਹਾਂ ਤੇ ਉਹ ਫਿਰ ਡੋਲਦਾ ਹੈ। ਜਦੋਂ ਅਸੀਂ ਹਰ ਰੋਜ਼ ਇਹ ਕਾਰਜ ਕਰਦੇ ਹਾਂ ਤੇ ਹੌਲੀ ਹੌਲੀ ਉਹ ਘੜਾ ਆਪਣੇ ਥੱਲੇ ਇੱਕ ਰੇਤਾ ਦੇ ਵਿੱਚ ਖੱਡਾ ਬਣਾ ਲੈਂਦਾ ਹੈ, ਤੇ ਹੌਲੀ ਹੌਲੀ ਉਸ ਖੱਡੇ ਦੇ ਵਿੱਚ ਇਹ ਟਿਕ ਜਾਂਦਾ ਹੈ, ਫਿਰ ਡੋਲਦਾ ਨਹੀਂ। ਇਸੇ ਤਰ੍ਹਾਂ ਜੇਕਰ ਅਸੀਂ ਹਰ ਰੋਜ਼ ਧਿਆਨ ਧਰਨੇ ਦੀ ਕੋਸ਼ਿਸ਼ ਕਰਾਂਗੇ ਤਾਂ ਆਪਣੇ ਆਪ ਗੁਰੂ ਦੀ ਕਿਰਪਾ ਹੋ ਜਾਵੇਗੀ ਤੇ ਧਿਆਨ ਟਿਕ ਜਾਵੇਗਾ। ਫਿਰ ਜਦੋਂ ਧਿਆਨ ਟਿਕ ਜਾਵੇਗਾ ਤੇ ਹੌਲੀ ਹੌਲੀ ਅਜੀਬ ਆਪਣੇ ਅੰਦਰ ਵੜਨ ਦੀ ਕੋਸ਼ਿਸ਼ ਕਰੇਗਾ। ਕਿਉਂਕਿ ਜੋ ਅਸੀਂ ਬ੍ਰਹਿਮੰਡ ਦੇ ਵਿੱਚ ਦੇਖਦੇ ਹਾਂ ਉਹ ਸਾਡੇ ਅੰਦਰ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ, ਪਰ ਉਸਦੀ ਖੋਜ ਕਿਸ ਤਰ੍ਹਾਂ ਕਰਨੀ ਹੈ? ਪਰਮੇਸ਼ਰ ਪਰਮਾਤਮਾ ਦੇ ਨਾਮ ਦੇ ਨਾਲ। ਸਾਡੇ ਅੰਦਰ ਸੂਰਜ, ਚੰਦਰਮਾ, ਸਤਾਰੇ, ਆਕਾਸ਼, ਖੰਡ, ਬ੍ਰਹਿਮੰਡ ਸਭ ਜੀਵ ਦੇ ਅੰਦਰ ਨੇ। ਪਰ ਜਦੋਂ ਇਹ ਜੀਵ ਨੂੰ ਅੰਦਰਲਾ ਗਿਆਨ ਹੋ ਜਾਂਦਾ ਹੈ ਤੇ ਫਿਰ ਸਾਰੇ ਹੀ ਬ੍ਰਹਿਮੰਡਾਂ ਦਾ ਇਹ ਜੀਵ ਭਰਮ ਕਰ ਲੈਂਦਾ ਹੈ। ਪਰ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਕੁੰਭੇ ਵਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਵਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਕਿਉਂਕਿ ਇਸ ਜੀਵ ਦੇ ਅੰਦਰ ਭੰਡਾਰ ਭਰੇ ਹੋਏ ਨੇ, ਪਰ ਗੁਰੂ ਤੋਂ ਬਿਨਾਂ ਇਸ ਜੀਵ ਆਤਮਾ ਨੂੰ ਗਿਆਨ ਨਹੀਂ ਹੁੰਦਾ। ਗੁਰੂ ਹੀ ਗਿਆਨ ਕਰਵਾਉਂਦਾ ਹੈ ਕਿ ਭਾਈ ਤੇਰੇ ਅੰਦਰ ਪਰਮੇਸ਼ਰ ਪਰਮਾਤਮਾ ਵਸ ਰਿਹਾ ਹੈ ਤੇ ਉਸਨੂੰ ਪ੍ਰਾਪਤ ਕਰਨਾ ਹੈ ਪਰਮਾਤਮਾ ਦਾ ਨਾਮ ਜਪ ਕੇ।
जो असं साधु महात्मा के कोल आते हाँ साधु महात्मा सानू ये नहीं कहते कि भाई अपना परिवार छड के कारोबार छड के तू परमात्मा का नाम जपना है बंदगी करनी है। वो सानू यही समझाते हैं कि भाई अपने परिवार के विच रहिंदे होए भी जिन्ना भी समा मिलता है वह मालक के लेखे के विच लाउणा है परमेश्वर परमात्मा का नाम जपना है। जीवा सो ओंकार जापन सो करकार राम मिले कर राय के कह रविदास विचार नामा कह तिलोचना मुक्ते राम समाल हाथ पाओ कर काम सब चीत निरंजन नाल के भाई कमकार करते हुए भी अपनी बंदगी करनी है सिमरन करना है। जेडे तिया पुत्र ने यह भी परमेश्वर परमात्मा की बख्शिश है पर महापुरश यही समझाते हैं कि भाई इन्हों के रेंदे हुए भी वह परमेश्वर परमात्मा की बंदगी करनी है सिमरन करना है। जिमें एक मुरगाबी जल दे विच रहिंदी है तो वह अपने सुके खंभ लैके उड़ जाती इस तरह साधु महात्मा भी इस संसार दे विच रहिंदे हुए भी उपर इस संसार तो उपर रहिंदे ने पाव वह परमेश्वर परमात्मा दे नाल जुड़े रहिंदे ने। इस तरह असीं भी अपने परिवार दे विच रहना है पर उस मालक नूं याद करना है उस मालक का सिमरन करना है उसके नाल जुड़ के रहना है। इस करके भाई वार वार मनुखा जीवन नहीं मिलना पई पर आपत मनुख दे हुरिया गोविंद मिलन की ए तेरी वरिया अवर काज तेरे किते ना काम मिल साध संगत पज केवल नाम। के भाई साधु संतां दी संगत करके ओ परमेश्वर ओ परमात्मा दी बंदगी करनी है सिमरन करना है फिर ही तेरा इस संसार दे विच आउणा सफल है। जेकर तू उस परमेश्वर परमात्मा दी बंदगी करेगा जेकर भाई 84 लाख जून तो बचना है तो गुरु ही सानू बचा सकते ने। वो परमेश्वर और परमात्मा का नाम ही सानू 84 दे चक्कर तो बाहर कर सकता है। इस करके भाई जे 84 दे चक्कर तो बचना है तो सानू परमेश्वर परमात्मा की बंदगी करनी पवेगी पूर्ण साधु महात्मा की संगत करनी पवेगी फिर ही असी 84 दे चक्कर तो मुक्त हो सकते हैं। तो अज बहुत ही बड़भागी समा है कि जिहड़ियां रूहां नूं परमेश्वर परमात्मा स्वरूप सतगुरु स्वामी निरंजन दास महाराज जी दे दर्शन दे दारे करन दा सुहाग प्राप्त हो रहा है ते ओह बड़भागी रूहां हुंदियां ने जिन्हां नूं पूरन साधु महात्मा दे दर्शन दे दारे हुंदे ने। जय गुरुदेव धन गुरुदेव जो बोले सो नरपै सतगुरु रविदास महाराज की जय। जो बोले सो नरपै सतगुरु स्वामी सर्वनदास महाराज की जय। जो बोले सो नरपै सर्वपेक भगवान की जय। जय गुरुदेव धन गुरुदेव।